cut. Hey guys, I'm Bhavneet Chandu from the Burning Tires और आज मैं लेके आया तुम्हारे लिए एक रिट्स कार का रिव्यू जो कि वैसे ही अपने आप से एक स्पेशल कार है, काफ़ी कॉम्पैक्ट एंड स्पोर्टी जी, बट जो ए कार है जिदा आप रिव्यू करांगे बहुत स्पेशल है क्योंकि ए है सनरूफ जो मारुति ने हाले तक रिट्स स्विच नहीं दी थी एंड होर भी बहुत कुछ है गड्डी जिवें दे अलॉयज इस गड्डी दे कुछ अच्छे शॉट्स लैन लई सानू चाहिए से एक अच्छी लोकेशन ते लोकेशन काफ़ी मुश्किल ना मिली बट हुण असीं उस लोकेशन की तरफ ही जा रहे हैं ते लेट्स गो हेलो जी गड्डी भी आ गई साडी ਬਾਜੀ ਗਿਆ ਲੈ ਵਧੀਆ ਬਾਜੀ ਪਹਿਲੇ ਪ੍ਰੀਕਾਸ਼ਨਸ ਫਸਟ ਬਿਲਕੁਲ ਬਿਲਕੁਲ ਕਰੋਨਾ ਟਾਈਮ ਨਾ ਬਾਜੀ ਹਾਂਜੀ ਮੈਂ ਵੀ ਲੱਲਾ ਥੋੜਾ ਜਿਹਾ ਬਿਲਕੁਲ ਹੋਰ ਜੀ ਕੈਮਰਾਮੈਨ ਸਾਹਿਬ ਠੀਕ ਹੋ ਓਕੇ ਬਾਜੀ ਵੈਲਕਮ ਸਿਟੀ ਬਾਜੀ ਟੂ ਦ ਬਰਨਿੰਗ ਟਾਇਰਸ ਥੈਂਕ ਯੂ ਬਾਜੀ ਥੋੜਾ ਜਿਹਾ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਅਸੀਂ ਮਾਸਕ ਉਤਾਰ ਲੈਣੇ ਆ ਤਾਂ ਕਿ ਕੋਈ ਸ਼ਕਲਾਂ ਦੇਖ ਸਾਹ ਲੈਣ ਨੂੰ ਤੇ ਮਿਲੇ ਮਿਲੇ ਹਾਂ ਸਾਹ ਵੀ ਨਹੀਂ ਆਂਦਾ ਬਹੁਤ ਔਖਾ ਹੈ ਅੱਜ ਕੱਲ ਜੋ ਚੱਲ ਰਿਹਾ ਨਾ ਉਹਦੇ ਕਰਕੇ ਪ੍ਰੀਕਾਸ਼ਨਸ ਲੈਣੇ ਬਹੁਤ ਜ਼ਰੂਰੀ ਹੈ शुरू करते हैं रिव्यू अपनी रिट्स कार का एक्चुअली रिट्स नहीं सेठी पाजी की द यूनिक रिट्स मतलब मिनी कूपर कह सकते हो इन्हें बहुत ही ऑसम मतलब तरीके ना पाजी ने मॉडिफाई की है गड्डी ते टायर्स तो लैके मतलब टेंट ग्लासेस इंटीरियर एदा ते सब तो मेन फोकस चीज़ जी मतलब ये रहने वाली है वह है जी सनरूफ थोड़ा जहा अगर कैमरा से उपर करा तो सनरूफ तुम्हें दिखेगी बहुत ही प्यारी सनरूफ है केड़ी गड्डी दी है वह भी अगर दसांगे किवें लगी वह भी दसांगे ते टायर्स केड़े ने की प्रोफाइल है सब कुछ एक्सप्लेन करांगे किन्नी कॉस्ट है उन्हां दी सेठी पाजी साढ़े नाल है ही ने सब कुछ सानू दसणगे गाइड करेंगे कि है किन्ने दा है किवें बाकी सिनेमैटिक शॉट्स जो मैं लै चुके हैं ऑलरेडी काफ़ी मेहनत लगी वे पानी वाणी पीना पे बाद मतलब थक गए थी बिल्कुल तो भरावान ने सारे ने हेल्प करके मतलब कढ ले शॉट्स असी
ਤੇ ਰਿਵਿਊ ਅਸੀਂ ਸਟਾਰਟ ਕਰਦੇ ਹਾਂ ਇਸ ਗੱਡੀ ਦੇ ਅਲੋਇਜ਼ ਤੋਂ। ਮਤਲਬ ਅਲੋਇਜ਼ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਔਸਮ ਮਤਲਬ ਲੱਗ ਰਹੇ ਯਾਰ ਗੱਡੀ ਕੋਈ ਹੈ ਨਾ, ਪ੍ਰੋਫਾਈਲ ਲੋ ਪ੍ਰੋਫਾਈਲ ਔਰ ਸਕੂਪ ਬਾਹਰ ਆ ਰਹੇ ਹਨ। ਅਤੇ ਸਿਟੀ ਭਾਅ ਜੀ ਕੁਝ ਦੱਸੋ ਇਹਨਾਂ ਬਾਰੇ, 17 ਇੰਚ ਦੇ ਮੇਰੇ ਖਿਆਲ ਨਾਲ ਅਲੋਇਜ਼ ਨੇ। ਬਿਲਕੁਲ ਭਾਅ ਜੀ, 17 ਇੰਚ ਦੇ ਅਲੋਏ ਨੇ, 215 ਨੰਬਰ ਟਾਇਰ ਹੈ ਐਂਡ ਦਿਸ ਇਜ਼ ਦ ਲੋਐਸਟ ਪ੍ਰੋਫਾਈਲ। 215 ਵੇਟ ਦੇ ਵਿੱਚ, ਵੇਟ ਵਿੱਚ 215 ਹੈ, ਮਤਲਬ ਜੋ ਕਰੂਜ਼ 'ਚ ਪੈਂਦਾ ਹੈ, ਜੋ ਆਉਂਦਾ ਹੈ ਕਰੂਜ਼, ਠੀਕ ਹੈ। ਅਤੇ ਉਹ ਵਾਲੇ ਟਾਇਰਸ ਨੇ ਇਹਦੇ 'ਚ, ਅਤੇ ਇਸ ਤੋਂ ਲੋਅ ਤਾਂ ਇਹਦੇ 'ਚ ਪੈ ਵੀ ਨਹੀਂ ਸਕਦਾ, ਨਹੀਂ ਪੈ ਸਕਦਾ। ਮੈਂ ਬਤਾਤਾ ਹੂੰ ਕਿਉਂ। ਜਿੱਦਾਂ ਇਸ ਗੱਡੀ 'ਚ, ਅਗਰ ਗੱਡੀ 'ਚ ਨਹੀਂ ਕਿਸੇ ਵੀ ਗੱਡੀ ਤੁਸੀਂ ਅਗਰ ਲੋਅ ਪ੍ਰੋਫਾਈਲ ਟਾਇਰਸ ਤੋਂ ਪਵਾ ਦੋਗੇ, ਅਤੇ ਇੰਡੀਆ 'ਚ ਤੁਸੀਂ ਚਲਾਉਣੀ ਹੈ ਗੱਡੀ, ਦਿੱਲੀ ਚਲਾਉਣੀ ਹੈ, ਪੰਜਾਬ ਚਲਾਉਣੀ ਹੈ, ਸੜਕਾਂ ਇੱਦਾਂ ਦੀ ਸਾਡੀ ਹੈ ਨੇ ਇੱਥੇ, ਥੋੜ੍ਹੀ ਜਿਹੀ ਵੀ ਆਫ ਰੋਡਿੰਗ ਆਏਗੀ, ਸਸਪੈਂਸ਼ਨ ਜਾਏਗਾ, ਟਾਇਰਸ ਜਾਣਗੇ, ਅਲੋਏ ਖਰਾਬ ਹੋ ਸਕਦਾ ਹੈ। ਪਰ ਕਿੰਨੇ ਦੇ ਤੁਸੀਂ ਪਵਾਏ ਸੀਗੇ ਪ੍ਰਾਈਸ 'ਤੇ ਜਾਂਦੇ ਹੋ? ਅਲੋਏ ਭਾਜੀ ਅਰਾਊਂਡ 50 ਦੇ ਮੈਨੂੰ ਪੈ ਗਏ ਸੀ, ਐਕਸਕਲੂਡਿੰਗ ਟਾਇਰਸ, ਟਾਇਰਸ ਦਾ ਅਲੱਗ ਸੀ, ਅਤੇ ਲਗਾ ਕੇ 70 ਦੇ ਆਸ ਪਾਸ ਪਿਆ ਸੀ ਮੈਨੂੰ, 65-70 ਦੇ ਵਿੱਚ ਪਿਆ। ਠੀਕ ਹੈ, 70 ਦਾ ਤੁਹਾਨੂੰ ਪੂਰਾ ਸੈੱਟ ਪਿਆ, 4 ਅਲੋਇਸ ਦਾ, 4 ਅਲੋਇਸ, 4 ਟਾਇਰਸ, ਉਸ ਤੋਂ ਬਾਅਦ ਪੰਜਵਾਂ ਜਿਹੜਾ ਸੀਗਾ ਉਹ ਤੁਹਾਡਾ ਰੇਮੀ, ਨੋਰਮਲ ਹੈ, ਉਹ ਨੋਰਮਲ ਹੈ ਜਿਹੜੇ, ਜਿਵੇਂ ਕਿ ਇਹ ਟਾਇਰਸ ਥੋੜ੍ਹੇ ਜਿਹੇ ਵੱਡੇ ਹੈ ਇਸ ਗੱਡੀ ਦੇ ਹਿਸਾਬ ਨਾਲ, ਅਤੇ ਟਾਇਰ ਇਹਦੇ 'ਚ ਫਿੱਟ ਕਰਾਉਣ ਲਈ ਤੁਹਾਨੂੰ ਕੀ ਕਰਾਉਣਾ ਪਿਆ ਸੀਗਾ, ਮਤਲਬ ਕੁਛ ਐਕਸਟਰਾ ਮੋਡੀਫਿਕੇਸ਼ਨ ਹੋਈ ਹੋਏਗੀ ਥੋੜ੍ਹੀ ਬਹੁਤ? ਬਿਲਕੁਲ ਬਿਲਕੁਲ ਭਾਅ ਜੀ, ਬਿਲਕੁਲ। ਅਗਲੇ ਸ਼ੋਕਰਸ ਨੂੰ ਸਿਰਫ ਹਲਕੀ ਜਿਹੀ ਮਾਊਂਟਿੰਗ ਪਈ ਸੀ, ਲੇਕਿਨ ਪਿਛਲੇ ਸ਼ੋਕਰਸ ਜਿਹਨੂੰ ਅਸੀਂ ਗੁੱਟਕੇ ਕਹਿੰਦੇ ਹਾਂ, ਹਾਂ ਪੰਜਾਬੀ 'ਚ ਉਹਨੂੰ ਗੁੱਟਕੇ ਕਹਿੰਦੇ ਆ, ਅਗਲੇ ਸ਼ੋਕਰ 'ਚ ਸਿਰਫ ਉਹੀ ਹੋਇਆ ਸੀ, ਲੇਕਿਨ ਪਿਛਲੇ ਸ਼ੋਕਰ 'ਚ ਅਸੀਂ ਸਪਰਿੰਗ ਚੇਂਜ ਕਰਾਇਆ ਸੀ, ਤਾਂ ਕਿ ਪਿੱਛੇ ਜੋ ਹੈ ਉਹ 3 ਬੰਦੇ ਪੈਂਦੇ ਆ, ਜਿਹਦੇ ਕਰਕੇ ਵੇਟ ਵੱਧ ਜਾਂਦਾ। ਕਿਸੇ ਹੋਰ ਗੱਡੀ ਦੇ ਸਪਰਿੰਗਸ ਪਏ ਹੋਣਗੇ? ਹਾਂ, ਉਹ ਕਿਸੇ ਹੋਰ ਗੱਡੀ ਦੇ ਸਪਰਿੰਗ ਸੀ, ਜਿਹਦੇ ਕਰਕੇ ਉਹ ਉੱਠ ਜਾਏ ਪਿੱਛੋਂ, ਕਿਉਂਕਿ ਪਿੱਛੇ ਵੇਟ ਜ਼ਿਆਦਾ ਹੁੰਦਾ, ਮਤਲਬ ਆਫਟਰ ਮਾਰਕੀਟ ਸਪਰਿੰਗਸ ਇਹਦੇ 'ਚ ਪਾਉਣੇ ਪਏ ਥੋੜ੍ਹਾ ਜਿਹਾ, ਤਾਂ ਕਿ ਗੈਪ ਮਿਲੇ ਔਰ ਥੋੜ੍ਹੇ ਜ਼ਿਆਦਾ ਬੈਠੇ ਨਾ ਗੱਡੀ ਪਿੱਛੋਂ ਬਹਿਣ, ਅਤੇ ਟਾਇਰਸ ਨਾਲ ਟੱਚਣ ਦੇ ਨੁਕਸਾਨ ਅਗਰ ਟਾਇਰ ਖਰਾਬ ਹੁੰਦੇ ਆ। ਫੋਕਸ ਪਵਾਏ, ਗੁਟਕੇ ਪਵਾਏ, ਉਹਦਾ ਕਿੰਨਾ ਐਕਸਪੀਰੀਅੰਸ ਆਇਆ ਜੀ? ਇਨਕਲੂਡਿੰਗ ਸੀ ਭਾਅ ਜੀ, ਸਰ 2-4 ਸਭ ਕੁਝ ਤੁਹਾਡਾ ਕੰਮ ਇੱਕ ਜਗ੍ਹਾ ਤੇ ਹੋਇਆ ਜਾਂ ਤੁਹਾਨੂੰ ਅਲੱਗ ਅਲੱਗ ਜਗ੍ਹਾ? ਉਹਨਾਂ ਨੇ ਨਾਲ ਦੇ ਨਾਲ ਜਦ ਉਤਾਰੇ ਸੀ ਰੈੱਡ ਪੇਂਟ ਅਗਲੇ ਵਿੱਚ, ਉਹ ਵੀ ਉਹਨੇ ਇੱਕ ਟਾਈਪ ਨਾਲ ਪੈਕੇਜ ਦਿੱਤਾ ਸੀ, ਪੂਰਾ ਪੈਕੇਜ ਦਿੱਤਾ 70 ਸਾਨੂੰ, ਸਭ ਕੁਝ ਇਨਕਲੂਡ, ਸਭ ਕੁਝ ਇਨਕਲੂਡ। ਲੈ ਬੋਟੀ ਬਾਣੀ ਤੂੰ ਜਿਵੇਂ ਕਿ ਯਾਰ ਕਹਿੰਦੇ ਨਹੀਂ ਕੋਈ ਨਹੀਂ ਕਹਿੰਦਾ ਭਾਜੀ, ਹੈਂਗ ਹੋ ਗਏ ਭਾਜੀ ਬੋਲੇ। ਲੋਕੇਸ਼ਨ ਚੇਂਜ ਕਰ ਲਈ ਅਸੀਂ, ਬਹੁਤ ਗਰਮੀ ਹੋ ਰਹੀ ਸੀ ਉੱਧਰ, ਸਿੱਧਾ ਧੁੱਪ ਪੈ ਰਹੀ ਸੀ, ਥੋੜ੍ਹਾ ਸ਼ੇਡ ਵਿੱਚ ਆ ਗਿਆ, ਅਤੇ ਸ਼ੁਰੂ ਕਰਦੇ ਹਾਂ ਅੱਗੇ। ਭਾਈ ਰਾਤੀ ਮੈਂ ਤੁਹਾਡੀ ਗੱਡੀ ਦੇਖੀ, ਜਦੋਂ ਵੀ ਮਤਲਬ ਤੁਸੀਂ ਕੱਢਦੇ ਹੋ, ਮਤਲਬ ਫੀਲ ਆ ਜਾਂਦੀ ਦੇਖ ਕੇ, ਲਾਈਟਸ ਵਗੈਰਾ, ਚਿੱਟੀਆਂ ਲਾਈਟਾਂ ਅੱਖਾਂ 'ਚ ਪੈਂਦੀਆਂ, ਮਤਲਬ ਕੀ ਕਰਾਇਆ ਲਾਈਟਸ? ਹਾਂਜੀ, ਇਹਦੇ 'ਚ 4 ਫੋਗ ਵਿਦ ਇੰਕਲੂਡਿੰਗ ਫੋਗ ਲੈਂਪ, 4 ਚੱਚੜੀ ਲੱਗੀ ਹੈ ਜੋ ਅਰਾਊਂਡ 5000K ਦੀ ਹੈ, 5000K Kelvin ਦੀ ਗੱਲ ਹੋ ਰਹੀ ਹੈ, ਜੋ ਅੱਗੇ ਲਾਈਟ ਥਰੋ ਕਰਦੀ ਹੈ ਉਹ ਹੈਗੀ ਹੈ, 4 ਇੰਚ ਲੱਗੀ ਹੋਈ ਹੈ ਥੱਲੇ ਵੀ ਦੋਨੋਂ, ਅਤੇ ਉੱਪਰ ਵੀ ਦੋਨੋਂ। ਅਤੇ ਬ੍ਰਾਂਡ ਕੀ ਹੈ ਉਹਨਾਂ ਲਾਈਟਸ ਦਾ? ਬ੍ਰਾਂਡ ਯਾਰ ਫਿਲਿਪਸ ਦੀ ਹੈ ਉੱਪਰ ਵਾਲੀ ਦੋਨੋਂ, ਅਤੇ ਥੱਲੇ ਵਾਲੀਆਂ ਅਲੱਗ ਹੈ ਥੋੜ੍ਹੀ, ਮਤਲਬ ਐਲਈਡੀ ਬਲਬਸ ਹੈ ਜਾਂ ਐਚਆਈਡੀ ਹੈ? ਪ੍ਰੋਪਰ ਐਚਆਈਡੀ ਵਿਦ ਬੂਸਟਰ ਜਿਹੜੀ। ਤੇ ਐਲਈਡੀ ਬਲਬ ਅੱਜ ਕੱਲ ਕਾਫੀ ਲੋਕ ਲਗਾ ਰਹੇ ਆ, ਐਲਈਡੀ ਬਲਬਸ ਕਿਉਂ ਨਹੀਂ ਲਗਾ? ਜੋ ਫੀਲ ਹੈ ਨਾ ਉਹ ਐਲਈਡੀ 'ਚ ਇੰਨੀ ਨਹੀਂ ਹੈ, ਐਚਆਈਡੀ 'ਚ ਜ਼ਿਆਦਾ ਫੀਲ ਹੈ, ਕਿਉਂਕਿ ਉਹਦੇ ਜੋ ਅੱਗੇ ਆਊਟਪੁੱਟ ਜਾਂਦਾ ਉਹ ਬਹੁਤ ਅੱਛਾ ਹੈ। ਤੇ ਉਸਦੇ ਇਲਾਵਾ ਕੁਝ ਲਾਈਟਸ ਦੇ ਨਾਲ ਇਸ ਕਰਕੇ ਮੈਂ ਨੀ ਛੇੜਛਾਨੀ ਕੀਤੀ, ਕਿਉਂਕਿ ਉਹਦੇ ਡਸਟ ਵਗੈਰਾ ਬਹੁਤ ਆ ਜਾਂਦੀ ਹੈ, ਇੱਕ ਵਾਰ ਲਾਈਟ ਖੁੱਲ ਜਾਏ, ਖੁੱਲ ਜਾਂਦੀ ਹੈ ਸੀਲੈਂਟ, ਖੁੱਲ ਜਾਂਦਾ ਤੇ ਲਾਈਟ ਦੇ ਅੰਦਰ ਡਸਟ ਚਲੀ ਜਾਂਦੀ ਹੈ, ਲਾਈਟ ਹੁੰਦਾ ਮਤਲਬ ਸਾਰੇ ਕੇਸਿਸ ਨਹੀਂ ਹੁੰਦਾ, ਲੇਕਿਨ ਕਾਫੀ ਵਾਰੀ ਐਵੇਂ ਹੁੰਦਾ ਕਿ ਤੁਸੀਂ ਵਾਸ਼ਿੰਗ ਕਰਾ ਰਹੇ ਹੋ ਤੇ ਪਾਣੀ ਅੰਦਰ ਚਲਾ ਗਿਆ, ਬਿਲਕੁਲ ਪੂਰਾ ਉਹ ਬਾਰਿਸ਼ ਵੀ ਕਾਫੀ, ਅਗਰ ਕਿਉਂਕਿ ਇਹਦੇ ਬ੍ਰੌਡ ਟਾਇਰ ਹਨ ਤਾਂ ਉਹਦੇ ਕਰਕੇ ਵੀ ਅੱਗੇ ਅਗਰ ਪਾਣੀ ਵਗੈਰਾ ਅੰਦਰ ਚਲੇ, ਤਾਂ ਪਿੱਛੇ ਵੀ ਆਪਾਂ ਲਾਈਟਸ ਨਾਲ ਕੁਝ ਦੇਖ ਰਹੇ, ਜ਼ਿਆਦਾ ਛੇੜਛਾੜ ਨਹੀਂ ਹੈ, ਇੱਕ ਕਿਹਾ ਤੁਸੀਂ ਡੀਆਰਆਰ ਲਗਾਈ ਹੈ, ਕਾਫੀ ਸੈਕਸੀ ਲੱਗਦੀ ਹੈ, ਮਤਲਬ ਮੈਨੂੰ ਲੱਗਦਾ ਨਹੀਂ ਜ਼ਿਆਦਾ ਬਹੁਤ ਜ਼ਿਆਦਾ ਹੈ, ਤੁਸੀਂ ਐਕਸਪੈਂਸ ਕੀਤਾ ਹੈ, ਕਿੰਨੇ ਤੱਕ ਦੀ ਸੀ ਡੀਆਰਆਰ ਦਾ ਜੀ? 2100 ਦੇ ਆਸ ਪਾਸ ਆਈ ਸੀ ਦੋਨਾਂ ਦਾ ਪੇਅਰ, ਵਿਦ ਫਿਟਿੰਗ, ਹਾਂ ਵਿਦ ਫਿਟਿੰਗ, ਅਤੇ ਇਹਦੇ 'ਚ ਵੀ ਲੱਗੀ ਹੋਈ ਹੈ ਥੱਲੇ, ਦੋਨਾਂ 'ਚ ਲੱਗੀ ਹੋਈ ਐਲਈਡੀ ਲਵਾਈ, ਐਲਈਡੀ ਲੱਗੀ ਹੈ, ਅਤੇ ਇਹ ਇੰਡੀਕੇਟਰ ਨਾਲ ਵੀ ਤੁਹਾਨੂੰ ਮਤਲਬ ਇੰਡੀਕੇਟਰ ਅਗਰ ਚਲਾਉਂਦੇ ਆ ਤਾਂ ਉਹ ਰਿਫਲੈਕਟ ਕਰਦੀ ਹੈ ਰਾਈਟ ਤੇ ਰਾਈਟ। ਅਤੇ ਗੱਡੀ ਦੇ ਅੰਦਰ ਸਿਸਟਮ ਵੀ ਮੈਂ ਸੁਣਿਆ ਬਹੁਤ ਵਧੀਆ ਸਿਸਟਮ ਲਾਇਆ ਭਾਜੀ ਨੇ, ਅਤੇ ਭਾਅ ਜੀ ਸਿਸਟਮ ਜਿਹੜਾ ਗੱਡੀ 'ਚ ਮੈਂ ਦੇਖਿਆ, ਮਤਲਬ ਬੇਸ ਟਿਊ, ਮਤਲਬ ਸਭ ਕੁਝ ਐਵੇਂ ਕੰਬਾਈਨ ਹੋ ਕੇ ਸਾਊਂਡ ਇੰਨਾ ਵਧੀਆ ਆ ਰਿਹਾ ਗੱਡੀ, ਅਤੇ ਕੀ ਲਗਵਾਇਆ ਜੀ ਇਹਦੇ 'ਚ? ਲੱਗਾ ਹੋਇਆ ਇੱਕ ਤੇ ਟੱਚ ਪੈਨਲ ਹੈ ਪਾਇਨੀਅਰ ਦਾ, ਉਸ ਤੋਂ ਬਾਅਦ 4 ਦਰਵਾਜ਼ੇ 'ਚ ਕੰਪੋਨੈਂਟ ਲੱਗੇ ਇਨਫੀਨਿਟੀ ਦੇ, ਉਸ ਤੋਂ ਬਾਅਦ ਬੇਸ ਟਿਊਬ ਲੱਗੇ JBL ਦੀ, ਦੈਟ ਇਜ਼ 11000 watts, ਔਰ ਬੱਚਿਆ TS20 ਲੱਗੇ ਨੇ 4, 2 ਅੱਗੇ 2 ਪਿੱਛੇ, ਤਾਂ ਕਿ ਇੱਕਦਮ ਕਲੈਰਿਟੀ ਆਏ ਵੋਇਸ, ਅਤੇ ਗਾਣਾ ਬਿਲਕੁਲ ਫਟੇ ਨਾ ਐਂਡ ਜੋ ਫੀਲ ਆਏ ਉਹ ਬਿਲਕੁਲ ਆਏ। ਅਤੇ ਇੱਧਰ ਮੈਂ ਭਾਅ ਜੀ ਇੱਕ ਕੁਸ਼ਚਨ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਜਿਵੇਂ ਤੁਸੀਂ ਦੱਸਿਆ JBL ਦੀ 1100 watt ਵੈਸੇ ਬਹੁਤ ਸੋਲਿਡ ਬੇਸ ਟਿਊਬ ਹੈ, ਲੇਕਿਨ ਮਿਲਦੀ ਨਹੀਂ ਹੈ ਯਾਰ, ਅਤੇ ਮਤਲਬ ਪਹਿਲੇ ਦੀ ਰੱਖੀ ਹੋਈ ਸੀ, ਬਹੁਤ ਸੰਭਾਲ ਕੇ ਰੱਖੀ ਹੋਈ ਹੈ ਮੈਂ, ਇਹ ਮੇਰੀ ਹਰ ਗੱਡੀ 'ਚ ਆਈ ਬੇਸ ਟਿਊਬ ਹੋਣੀ, ਕਿਉਂਕਿ ਇਸ ਇਹ ਵਾਲੀ ਬੇਸ ਟਿਊਬ ਜੋ ਹੈ ਉਹਦਾ ਆਊਟਪੁੱਟ ਕਿਸੇ ਹੋਰ ਬੇਸ ਟਿਊਬ 'ਚ ਆਈ ਨਹੀਂ, 2 ਤੇ ਇਹਦੇ 'ਚ ਐਂਪਲੀਫਾਇਰ ਲੱਗੇ ਹੋਏ ਨੇ।
ਮਤਲਬ ਸਪੀਕਰਸ ਐਂਪਲੀਫਾਇਰ ਨਾਲ ਕਰਤੇ ਤੇ ਬੇਸ ਟਿਊਬ ਜਿਹੜੀ ਆ ਆਪਣੀ ਸੈਕੰਡ ਐਂਪਲੀਫਾਇਰ ਨਾਲ ਸੈਕੰਡ ਐਂਪਲੀਫਾਇਰ ਨਾਲ ਠੀਕ ਹੈ ਦੋਨੋਂ ਐਂਪਲੀਫਾਇਰ ਚਾਰ ਚੈਨਲ ਨੇ ਹੋ ਜਾਣਾ ਦੋਨੋਂ ਚੈਨਲ ਓਕੇ ਤੇ ਭਾਜੀ ਕੋਸਟ ਇਹਦੀ ਕਿੰਨੀ ਸੀਗੀ ਪੁੱਛੀਦਾ ਐਕਸਕਲੂਡਿੰਗ ਬੇਸ ਟਿਊਬ ਕਿਉਂਕਿ ਬੇਸ ਟਿਊਬ ਮੇਰੀ ਪਹਿਲੇ ਦੀ ਹੈ ਉਸ ਤੋਂ ਇਲਾਵਾ ਇਹਦੇ ਚ ਅਰਾਊਂਡ 17,000 ਦੇ ਆਸ ਪਾਸ ਲੱਗਿਆ ਸੀ ਜਿਹਦੇ ਚ ਪਾਇਨੀਅਰ ਦਾ ਟੱਚ ਪੈਨਲ ਔਰ ਚਾਰੋ ਇਨਫਿਨਿਟੀ ਦਾ ਕੰਪੋਨੈਂਟ ਆ ਗਏ ਸੀ ਤੇ ਮਤਲਬ ਬਹੁਤ ਜ਼ਿਆਦਾ ਐਕਸਪੈਂਸਿਵ ਨਹੀਂ ਹੈ ਅੱਛੀ ਸਾਊਂਡ ਲਈ ਤੁਸੀਂ ਮਤਲਬ 17,000 ਦਾ ਹੋ ਤੇ ਤੁਸੀਂ ਬੇਸ ਟਿਊਬ ਵੀ ਲਗਾਓ ਤੇ 5,000-6,000 ਤੇ 22,000 ਦੇ ਅਰਾਊਂਡ ਤੁਹਾਡਾ ਅੱਛਾ ਸਿਸਟਮ ਜ਼ਿਆਦਾ ਕਿਉਂਕਿ ਬੇਸ ਟਿਊਬ ਮੈਂ ਜਦ ਦਿੱਤੀ ਸੀ ਉਸ ਟਾਈਮ ਉਹ 15,000 ਦੀ ਅੱਛਾ ਬਟ ਠੀਕ ਹੈ ਥੋੜ੍ਹਾ ਸਸਤੀ ਵਾਲੀ ਬੇਸ ਟਿਊਬ ਦੇ ਆ ਜਾਓ ਲੇਕਿਨ ਠੀਕ ਹੈ ਇੰਨੇ ਤੁਹਾਡਾ ਮਤਲਬ ਸਿਸਟਮ ਤਿਆਰ ਹੋ ਜਾਏਗਾ ਥੋੜ੍ਹਾ ਅਗਰ ਭਾਈ ਦੇ ਹਿਸਾਬ ਨਾਲ ਥੋੜ੍ਹਾ ਵਧਾਈਏ ਤੇ 25,000 ਦੇ ਅਰਾਊਂਡ ਤੇ ਹੋ ਜਾਣਾ ਚਾਹੀਦਾ ਸਿਸਟਮ ਦਾ 25,000 ਦਾ ਸਿਸਟਮ ਤਿਆਰ ਹੋ ਜਾਏਗਾ ਲਗਭਗ ਜਿੱਦਾਂ ਭਾਈ ਮੈਂ ਹੁਣੇ ਗੱਡੀ ਦੇ ਅੰਦਰ ਸਭ ਕੁਝ ਦੇਖ ਕੇ ਆਇਆ ਤੇ ਗੱਡੀ ਦੇ ਅੰਦਰ ਪੂਰਾ ਆਪਣਾ ਬਕਟ ਫਿਟਿੰਗ ਕਰਾਈ ਹੋਈ ਜੀ ਤੇ ਬਕਟ ਫਿਟਿੰਗ ਹੈ ਤੇ ਜੋ ਸਟੀਅਰਿੰਗ ਕਵਰ ਹੈ ਉਹ ਵੀ ਨਾਲ ਦਾ ਹੈ ਮੈਚਿੰਗ ਹੈ ਤੇ ਰੂਫ ਵੀ ਤੁਸੀਂ ਪੂਰੀ ਕਰਾਈ ਹੈ ਪੂਰਾ ਇੰਟੀਰੀਅਰ ਹੋਇਆ ਤੇ ਕਿੰਨਾ ਉਹਦਾ ਆਲਮੋਸਟ ਮਤਲਬ ਕੋਸਟ ਹੈ ਜੀ ਮੈਂ ਅਲੱਗ ਅਲੱਗ ਕਰਕੇ ਤੁਹਾਡੇ ਤੋਂ ਪੁੱਛਦਾ ਤੇ ਬਕਟਸ ਵਗੈਰਾ ਦਾ ਕਿੰਨਾ ਕੋਸਟ ਤੁਹਾਨੂੰ ਦੱਸੀ ਸੀ ਅਰਾਊਂਡ 3500 ਦੇ ਆਸ ਪਾਸ ਦੱਸੀ ਸੀ ਉਹਨੇ ਬਕਟ ਫਿਟਿੰਗ ਸਿਰਫ ਬਕਟ ਫਿਟਿੰਗ ਸਿਰਫ ਸੀਟ ਕਵਰ ਸੀਟ ਕਵਰ ਜੀ ਠੀਕ ਹੈ ਤੇ ਉਸ ਤੋਂ ਬਾਅਦ ਅਗਰ ਅਸੀਂ ਸੀਟ ਜਿਹੜਾ ਸਟੀਅਰਿੰਗ ਹੈ ਤੇ ਤੁਸੀਂ ਡੋਰ ਟ੍ਰਿਮਸ ਦੇ ਉੱਪਰ ਪੂਰਾ ਲੈਦਰ ਕਰਾਇਆ ਸੇਮ ਕਲਰ ਦਾ ਤੇ ਉਹਦਾ ਕਿੰਨਾ ਮਤਲਬ ਦੱਸਿਆ ਸੀ ਛੱਤ ਦੇ ਨਾਲ ਹੀ ਉਹਨੇ ਪੂਰਾ ਦੱਸਿਆ ਸੀ ਨਹੀਂ ਉਹਨੇ ਮੈਨੂੰ ਪੂਰਾ ਇੱਕ ਪੈਕੇਜ ਬਣਾਇਆ ਸੀ ਉਹਦਾ ਪੂਰਾ ਅਰਾਊਂਡ 10,000 ਦੇ ਅੰਦਰ ਅੰਦਰ ਆਇਆ ਸੀ ਸਾਰਾ ਕੁਝ ਹਾਂ 8 ਤੋਂ 10 ਦੇ ਵਿੱਚ ਹੋਇਆ ਸੀ ਜਿਹਦੇ ਇੱਕ ਵਾਰ ਜੋ ਸਨਰੂਫ ਹੈ ਉਹਦਾ ਜੋ ਪੈਨਲ ਹੈ ਉਹਦਾ ਵੀ ਅਲੱਗ ਤੋਂ ਹੋਇਆ ਕਿਉਂਕਿ ਪਹਿਲੇ ਨਹੀਂ ਲੱਗਿਆ ਹੋਇਆ ਸੀ ਪੈਨਲ ਬਾਅਦ 'ਚ ਲਗਵਾਇਆ ਸੀ ਕਿਉਂਕਿ ਏਸੀ ਕੰਮ ਥੋੜ੍ਹਾ ਘੱਟ ਕਰ ਜਾਣਾ ਸੀ ਜੋ ਪੈਨਲ ਬਾਅਦ 'ਚ ਲਗਵਾਇਆ ਪੈਨਲ ਬਾਅਦ ਲਈ ਥੋੜ੍ਹਾ ਫਿਟਿੰਗ ਦੁਬਾਰਾ ਫਿਟਿੰਗ ਥੋੜ੍ਹੀ ਸੀ ਡਿਫਰੈਂਸ ਆਇਆ ਸੀ ਠੀਕ ਹੈ ਭਾਜੀ ਅਗਰ ਮੈਂ ਥੋੜ੍ਹਾ ਜਿਹਾ ਤੁਹਾਨੂੰ ਪੁੱਛਾਂ ਇਹਦੀ ਕੋਸਟ ਦੇ ਬਾਰੇ ਕਿੰਨਾ ਖਰਚਾ ਗੱਡੀ ਮਤਲਬ ਜੋ ਉੱਪਰ ਤੁਸੀਂ ਕੀਤਾ ਸੀਗਾ ਸਨਰੂਫ ਦਾ ਕਿੰਨਾ ਖਰਚਾ ਤੁਹਾਨੂੰ ਆ ਗਿਆ ਸੀ ਹਾਂਜੀ ਸਿਰਫ ਸਨਰੂਫ ਸਨਰੂਫ ਦਾ ਅਗਰ ਤੁਸੀਂ ਲਗਾਓ ਤਾਂ ਅਰਾਊਂਡ ਮੈਨੂੰ 40,000 ਦੇ ਆਸ ਪਾਸ ਪਈ ਸੀ ਇਨਕਲੂਡਿੰਗ ਜਿਹਦੇ 'ਚ ਸਨਰੂਫ ਦੇ ਲਈ ਛੱਤ ਕੱਟੀ ਸੀ ਪਾਈਪਸ ਪਏ ਸੀ ਬਟਨਸ ਯੂਜ਼ ਹੋਏ ਸੀ ਜਿੰਨੇ ਸੈਂਸਰ ਦਾ ਵਰਕ ਹੋਇਆ ਸਭ ਕੁਝ ਮਿਲਾ ਕੇ 40,000 ਦੇ ਆਸ ਪਾਸ ਮੈਨੂੰ ਪਈ ਸੀ ਠੀਕ ਹੈ ਤੇ ਇਹਦੇ 'ਤੇ ਮੈਂ ਇੱਕ ਹੋਰ ਤੁਹਾਨੂੰ ਜਿਵੇਂ ਪਾਈਪ ਤੋਂ ਵੀ ਦੱਸਿਆ ਕਿ ਪਾਈਪਸ ਪਏ ਸੀਗੇ ਅਤੇ ਸਨਰੂਫ ਦਾ ਮੋਸਟਲੀ ਮੈਂ ਜੋ ਦੇਖਿਆ ਅਗਰ ਬਾਹਰੋਂ ਸਨਰੂਫ ਲਵਾਉਂਦੇ ਤੁਹਾਡੀ ਕਾਫੀ ਮਤਲਬ ਐਡਵਾਂਸ ਵਾਲੀ ਸਨਰੂਫ ਹੈ ਮਤਲਬ ਬਿਲਕੁਲ ਵੀ ਦੱਸਿਆ ਆਡੀ ਦੀ ਹੀ ਲੱਗੀ ਹੈ ਅਤੇ ਉਸ ਹਿਸਾਬ ਨਾਲ ਫਿਟਿੰਗ ਵੀ ਹੈ ਅਤੇ ਕਈ ਵਾਰ ਬਾਹਰੋਂ ਲੋਕ ਲਵਾਉਂਦੇ ਤਾਂ ਕੀ ਹੁੰਦਾ ਹੈ ਸਨਰੂਫ ਲੀਕ ਕਰਦੀ ਹੈ ਸਨਰੂਫ ਲਗਵਾ ਲੈਂਦੇ ਅਤੇ ਬਾਅਦ 'ਚੋਂ ਬਾਰਿਸ਼ ਪਈ ਅਤੇ ਕਿਤੇ ਨਾ ਕਿਤੇ ਸ਼ੀਸ਼ੇ ਦੇ ਅੱਗੋਂ ਪਾਣੀ ਆ ਜਾਂਦਾ ਗੱਡੀ ਦੇ ਅੰਦਰ ਅਤੇ ਥੋੜ੍ਹਾ ਜਿਹਾ ਬੜਾ ਗੰਦਾ ਸਮੈਲ ਕਰਦਾ ਵੀ ਉਹ ਸਿਲ ਜਾਏਗਾ ਉਹ ਚਲਦੀ ਗੱਡੀ 'ਚ ਕਦੇ ਕਦੇ ਅਗਰ ਬਾਰਿਸ਼ ਆ ਰਹੀ ਉਹ 'ਤੇ ਹੁੰਦਾ ਅਤੇ ਉਹਦਾ ਮੈਂ ਸਪੈਸ਼ਲੀ ਧਿਆਨ ਰੱਖਿਆ ਤਾਂ ਹੀ ਮੈਂ ਆਟੋਮੈਟਿਕ ਲਗਵਾਈ ਹੈ ਮੈਨੂਅਲ ਨਹੀਂ ਲਗਵਾਈ ਅਗਰ ਤੁਸੀਂ ਕਲੋਜ਼ ਕਰੋਗੇ ਥੋੜ੍ਹਾ ਤਾਂ ਧਿਆਨ ਨਾਲ ਦੇਖੋ ਇਹਦੇ ਸਾਰੀ ਸਾਈਡ ਬਾਉਂਡਰੀਜ਼ ਹੈ ਇੱਕ ਤੇ ਔਰ ਬਾਉਂਡਰੀਜ਼ ਦੇ ਵਿੱਚ ਅਗਰ ਤੁਸੀਂ ਦੇਖੋਗੇ ਅਗਰ ਪਾਣੀ ਜਾਏਗਾ ਤੇ ਅਲੱਗ ਤੋਂ ਪਾਈਪ ਲੱਗਾ ਹੈ ਜੋ ਪਾਣੀ ਨੀਚੇ ਨਿਕਲ ਜਾਏਗਾ ਠੀਕ ਹੈ ਮਤਲਬ ਪਾਈਪ ਆ ਰਿਹਾ ਪੂਰਾ ਜੋ ਪਾਣੀ ਪੂਰਾ ਮਤਲਬ ਡਰੇਨ ਆਊਟ ਕਰਦਾ ਹੈ ਜੋ ਹੈ ਇਹਦੇ ਪਿੱਛੇ ਪਾਈਪਸ ਹੈਗੇ ਨੇ ਦੋਨੋਂ ਜੋ ਬਿਲਕੁਲ ਥੱਲੇ ਤੱਕ ਜਾਂਦੇ ਆ ਠੀਕ ਹੈ ਤੇ ਮਤਲਬ ਪੂਰੀ ਸੇਫ ਹੈ ਕੋਈ ਦਿੱਕਤ ਨਹੀਂ ਬਿਲਕੁਲ ਲਗਵਾ ਸਕਦੇ ਹੋ ਤੁਸੀਂ ਤੇ ਭਾਜੀ ਕਿੱਥੋਂ ਲਵਾਇਆ ਸੀ ਆਪਾਂ ਸਨਰੂਫ ਲੱਗੀ ਸੀ ਭਰਾ ਮੇਰਾ ਮੁਸਲਿਮ ਫਰੈਂਡ ਹੈ ਉਹ ਹੈਗਾ ਭਜਨਪੁਰਾ 'ਚ ਉੱਥੋਂ ਲੱਗੀ ਸੀ ਸਨਰੂਫ ਹੈ ਜੀ ਭਜਨਪੁਰਾ ਤੋਂ ਇਹ ਸਨਰੂਫ ਦਾ ਕੰਮ ਹੋਇਆ ਐਡਰੈਸ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਪਾ ਦਾਂਗਾ ਜੇ ਤੁਹਾਨੂੰ ਚਾਹੀਦਾ ਤੇ ਬਾਕੀ ਨੰਬਰ ਵੀ ਕਰਾਂਗੇ ਕੋਸ਼ਿਸ਼ ਅਰੇਂਜ ਕਰੀਏ ਉਹਨਾਂ ਤੱਕ ਪਹੁੰਚਾਂਗੇ ਹਾਲੇ ਤਾਂ ਨਹੀਂ ਗਏ ਫਿਲਹਾਲ ਗੱਡੀ ਕਵਰ ਕਰ ਰਹੇ ਹਾਂ ਤੇ ਫਰੈਂਡਸ ਲੈਂਦੇ ਹਾਂ ਅਸੀਂ ਸੇਠੀ ਭਾਈ ਤੋਂ ਇਜਾਜ਼ਤ ਤੇ ਤੁਹਾਡੇ ਤੋਂ ਵੀ ਤੇ ਪਲੀਜ਼ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਿਓ ਵੀਡੀਓ 'ਚ ਅਗਰ ਕੁਛ ਕਮੀ ਲੱਗੀ ਵੀਡੀਓ ਦੇ ਅੰਦਰ ਜਾਂ ਕੁਛ ਨਵਾਂ ਚਾਹੁੰਦੇ ਹੋ ਤੇ ਗੱਡੀਆਂ ਦੇ ਉੱਪਰ ਐਵੇਂ ਵਲੌਗਸ ਲੈ ਕੇ ਤੁਹਾਡੇ ਲਈ ਆਉਂਦੇ ਰਹਾਂਗੇ ਤੇ ਸਬਸਕ੍ਰਾਈਬ ਕਰੋਗੇ ਸ਼ੇਅਰ ਕਰੋਗੇ ਤਾਂ ਹੀ ਚੈਨਲ ਗਰੋ ਕਰੇਗਾ ਤੇ ਥੈਂਕ ਯੂ ਦੈਟਸ ਆਲ ਬਾਏ ਐਵਰੀਵਨ ਬਾਏ ਲੋਕੇਸ਼ਨ ਚੇਂਜ ਕਰੀਏ ਅਸੀਂ ਬਹੁਤ ਗਰਮੀ ਮਤਲਬ ਹੋ ਰਹੀ ਸੀ ਤੇ ਤੇਰੀ ਕਰ